ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਵੈਲਕਮ ਕਰਦੇ ਆਂ। ਸੋ ਕਿਸਾਨਾਂ ਦੇ ਲਈ ਅਗਲੀ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ 23 24 ਤੇ 25 ਮਾਰਚ ਦੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਅਗਲਾ ਇੱਕ ਸਿਸਟਮ ਬਣ ਰਿਹਾ ਉਹਦੇ ਚੱਲਦੇ ਫਿਰ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਨੇ। ਸੋ ਇਸ ਦੇ ਸੰਬੰਧਿਤ ਹੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੰਨਾ ਕੁ ਮੀਂਹ ਕਿਹੜੇ ਹਿੱਸਿਆਂ ਦੇ ਵਿੱਚ ਪੈ ਸਕਦਾ ਕਿਉਂਕਿ ਜਿਹੜਾ ਪਹਿਲਾਂ ਬਰਸਾਤ ਹੋਈ ਹੈ ਤਾਂ ਉਸ ਦੇ ਚੱਲਦੇ ਹੀ ਫਸਲਾਂ ਦਾ ਜਿਹੜਾ ਨੁਕਸਾਨ ਆ ਕਈ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਅਤੇ ਹੁਣ ਅਗਲੇ ਮੌਸਮੀ ਅਪਡੇਟ ਦੀ ਜਾਣਕਾਰੀ ਵੱਲ ਵੱਧਦੇ ਹਾਂ। ਗੱਲ ਕਰੀਏ ਪਹਿਲਾਂ 23 ਮਾਰਚ ਨੂੰ ਮੌਸਮ ਫਿਲਹਾਲ ਠੀਕ ਠਾਕ ਰਹੂਗਾ। ਪਹਿਲੇ ਘੰਟਿਆਂ ਦੇ ਵਿੱਚ ਦਿਨ ਦੇ ਸਮੇਂ ਕੁਝ ਹਲਕੀ ਟੁੱਟਵੀਂ ਬੱਦਲਬਾਈ ਰਹਿ ਸਕਦੀ ਹੈ, ਮੀਂਹ ਦੇ ਹਾਲਾਤ ਘੱਟ ਹੋਣਗੇ, ਪਰ ਸ਼ਾਮ ਰਾਤ ਦੇ ਆਸ ਪਾਸ ਗਰਜ ਚਮਕ ਵਾਲੇ ਟੁੱਟਵੇਂ ਬੱਦਲ ਕੁਝ ਹਿੱਸਿਆਂ ਵਿੱਚ ਅਚਾਨਕ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਨੇ। ਅਚਾਨਕ ਜਿਹੜੇ ਮੀਂਹ ਦੇ ਛਰਾਟੇ ਨੇ ਉਹ ਕੁਝ ਸਮੇਂ ਲਈ ਸਪੈਲ ਛੋਟੇ ਮੋਟੇ ਲੱਗ ਸਕਦੇ ਨੇ। ਅਤੇ 24 ਮਾਰਚ ਤੋਂ ਅਗਲਾ ਜਿਹੜਾ ਸਿਸਟਮ ਆ ਉਹ ਥੋੜ੍ਹਾ ਜਿਹਾ ਵੱਡੇ ਪੱਧਰ ਉੱਪਰ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ। ਸੋ ਜਿਸ ਦੇ ਚੱਲਦੇ 24 ਮਾਰਚ ਤੋਂ ਲੈ ਕੇ 25 ਮਾਰਚ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹਨਾਂ 48 ਘੰਟਿਆਂ ਵਿੱਚ ਇੱਕ ਵਾਰ ਫਿਰ ਤੋਂ ਆਪਾਂ ਨੂੰ ਦਰਮਿਆਨੇ ਤੋਂ ਲੈ ਕੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ। ਇਸ ਦੇ ਵਿੱਚ ਜੇਕਰ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਿਹੜੇ ਪੰਜਾਬ ਦੇ ਪੱਛਮੀ ਸਰਹੱਦੀ ਜ਼ਿਲ੍ਹੇ, ਕੁਝ ਦੱਖਣੀ ਅਤੇ ਨਾਲ ਲੱਗਦੇ ਕੁਝ ਜਿਹੜੇ ਮੱਧ ਪੰਜਾਬ ਦੇ ਇਲਾਕੇ ਨੇ, ਸੋ ਉਹਨਾਂ ਭਾਗਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਥੋੜ੍ਹੀ ਜਿਹੀਆਂ ਦਰਮਿਆਨੇ ਤੋਂ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਨੇ। ਜਿਹਦੇ ਵਿੱਚ ਮਾਝੇ ਦਾ ਖੇਤਰ ਆ ਗਿਆ, ਆਪਣਾ ਦੱਖਣ ਪੱਛਮੀ ਮਾਲਵਾ ਖੇਤਰ ਆ ਗਿਆ, ਅਤੇ ਕੁਝ ਦੁਆਬੇ ਅਤੇ ਨਾਲ ਲੱਗਦੇ ਮਾਲਵੇ ਜਿਹੜੇ ਮੱਧ ਪੰਜਾਬ ਦੇ ਹਿੱਸੇ ਵਿੱਚ ਖੇਤਰ ਆ ਜਾਂਦੇ ਨੇ, ਉਹਨਾਂ ਹਿੱਸਿਆਂ ਦੇ ਵਿੱਚ ਗਤੀਵਿਧੀਆਂ ਥੋੜ੍ਹੀ ਜਿਹੀਆਂ ਭਾਰੀ ਰੂਪ ਵਿੱਚ ਪੈਚੀ ਰੂਪ ਵਿੱਚ ਰਹਿ ਸਕਦੀਆਂ ਨੇ। ਅਤੇ ਇਸ ਦੇ ਨਾਲ ਹੀ 24 ਅਤੇ 25 ਮਾਰਚ ਨੂੰ ਕਈ ਇਲਾਕਿਆਂ ਦੇ ਵਿੱਚ ਹਨੇਰੀਆਂ ਚੱਲਣ ਦੇ, ਤੇਜ਼ ਹਵਾਵਾਂ ਚੱਲਣ ਦੇ ਵੀ ਆਸਾਰ ਬਣੇ ਰਹਿਣਗੇ। ਗਰਜ ਚਮਕ ਵਾਲੇ ਬੱਦਲ ਹੋਣਗੇ, ਟੈਂਪਰੇਚਰ ਅਚਾਨਕ ਥੋੜ੍ਹੇ ਬਹੁਤ ਡਾਊਨ ਆਉਣਗੇ, ਲਗਭਗ 5 ਤੋਂ 7 ਡਿਗਰੀ ਤੱਕ। ਸੋ ਅਜਿਹੇ ਹਾਲਾਤਾਂ ਦੇ ਵਿੱਚ ਕਿਤੇ ਕਿਤੇ ਗੜੇਮਾਰੀ ਦੇ ਵੀ ਚਾਂਸ ਦੇਖਣ ਨੂੰ ਮਿਲ ਸਕਦੇ ਨੇ। ਸੋ ਇਸ ਮੌਸਮੀ ਸਪੈਲ ਦੇ ਵਿੱਚ ਪੰਜਾਬ ਦੇ ਲਗਭਗ 60 ਤੋਂ ਲੈ ਕੇ 80% ਇਲਾਕੇ ਜਿਹੜੇ ਮੀਂਹ ਦੇ ਅੰਡਰ ਕਵਰ ਆਉਣ ਦੇ ਜਿਹੜੇ ਚਾਂਸ ਨੇ ਉਹ ਮੌਸਮ ਵਿਭਾਗ ਵੱਲੋਂ ਦੱਸੇ ਗਏ ਨੇ। ਬਾਕੀ ਅਗਲੇ ਦਿਨਾਂ ਦੇ ਵਿੱਚ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਰਹੇਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸੋ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਫਸਲਾਂ ਦੇ ਵਿੱਚ ਕੋਈ ਛਿੜਕਾਅ ਵਗੈਰਾ ਕਰਨ ਵਾਲਾ ਹੈ ਤਾਂ ਉਹ ਫਿਲਹਾਲ ਆਉਣ ਵਾਲੇ 2-4 ਦਿਨਾਂ ਤੱਕ ਨਾ ਕੀਤਾ ਜਾਵੇ, ਕਿਉਂਕਿ 23 ਤਰੀਕ ਤੋਂ ਬੱਦਲਬਾਈਆਂ ਕਿਣ ਮਿਣ ਦਾ ਮਾਹੌਲ ਸ਼ਾਮ ਦੇ ਆਸ ਪਾਸ ਤੋਂ ਸ਼ੁਰੂ ਹੋਣ ਦੇ ਚਾਂਸ ਬਣੇ ਹੋਏ ਨੇ।